बुरी तौर के दिखाने आप टॉप की मूह मथा देख सकते हो हाथी वर्गी आ दोस्तों अच्छ आप पहुंचे हैं पशु मंडी धनौबा 11 तरीक वाली मंडी से पहुंचे हैं। अच्छ तरीक है 11/2/2023 एक महीने से दो बारी मंडी लगती है 11 तरीक नई तरीक 11 तरीक मंडी चंकी भरती है चंगा गाहक आता गा व्यापारियों के पशु आते हैं बहुत मंडी फुल होंगी है तो 27 तरीक लोकल गाहक आता गा लोकल पशु होंगे है इस बार मंडी बहुत ज़्यादा भरी हुई है जी चंकी चंकी क्वालिटी झोटा तुम सामने देख सकते हो दर्द चंकी चंकी क्वालिटी दझा तो देख सकते हो तुम आर्डर क्वालिटी देख सकते हो कद कट देख सकते हो इन्हों की बाकी ज़्यादातर ये मंडी है जी मझा की मशहूर है जी गाइया इतने बहुत घट आ ना मात्र ही आदियाँ जरूर आदि पर थोड़िया आदि जी ज़्यादातर मझा आदियाँ मझा भी पूरी चंगी टॉप क्वालिटी दियाँ तो अच्छ मंडी पूरी फुल भरी सी तेजी भी बहुत सी गाहक भी बहुत सके तो यह थोड़ा आप शेडा तो बहरला दृश्य दिखाने गए तो वीडियो से एंड तीन जुड़े रहो तो चैनल में अपने कर दो सबसक्राइब तो आज आप दिखाने चंगे चंगे जानकार बुरी तौर के दिखाने आप टॉप की मूँह मत्था देख सकते हो हाथी वर्गी आडर भी देख सकते हो बैक साइड तो भी देख सकते हो कठपुड़ा देख सकते हो बहुत बड़ा है मोड़ दो भाई तो भाई तो डिटेल लेके दें आप की डिटेल हैगी बहुत चंगी हैगी कद काट भी बहुत आते भारी भी बहुत है सारी डिटेल आप भाई तो लेके दें की डिटेल हैगी बहुत देंगे तो कराने भाई दे गलबात हाँ जी भाई सताल जी सताल भी ਬਾਈ ਜੀ ਆ ਜਿਹੜੀ ਬੂਰੀ ਤੋੜ ਕੇ ਦਿਖਾਈ ਆ ਕਿਹੜੇ ਸੂਏ ਆ ਇਹ ਇਹ ਦੂਜੇ ਸੂਏ ਝੁੱਟੀ ਆ ਦੂਜੇ ਸੂਏ ਸੂਈ ਵੀ ਆ ਨਾ ਹਾਂ ਵੀਰੇ ਸੂਈ ਰਾਤ ਹੀ ਸੂਈ ਰਾਤ ਹੀ ਸੂਈ ਆ ਉਹ ਬੱਚਾ ਮਗਰ ਆ ਹਨਾ ਨਹੀਂ ਆਪਣੀ ਲਿਆਂਦੀ ਵੀ ਆ ਵੀਰੇ ਇਹ ਬੱਚਾ ਮਗਰ ਆ ਹਨਾ ਹਾਂ ਹਾਂ ਵੀਰੇ ਮਗਰ ਦਾ ਠੀਕ ਆ ਆਪਣਾ ਵਪਾਰ ਦਾ ਕੰਮ ਹੀ ਆ ਹਾਂ ਵਪਾਰ ਦਾ ਕੰਮ ਠੀਕ ਆ ਤੇ ਇਹਦੀ ਹੁਣ ਬਾਕੀ ਦੁੱਧ ਕਿੰਨਾ ਖਾਊਗਾ ਬਾਈ ਕਰੂਗੀ ਮਤਲਬ ਵੀਰੇ ਪਹਿਲੇ ਸੂਏ ਨੇ 1516 ਲੀਟਰ ਦੁੱਧ ਦਿੱਤਾ ਵਾ ਪਹਿਲੇ ਸੂਏ ਹਾਂ ਐਤਕੀ ਕੀ ਉਮੀਦ ਆ ਕੀ ਉਮੀਦ ਐ ਐਤਕੀ ਦੇਊਗੀ ਵੀਰੇ 19 20 ਲੀਟਰ ਦੁੱਧ ਆਰਾਮ ਨਾਲ ਦੇਊਗੀ 19 20 ਲੀਟਰ ਕੱਢ ਦੇਊਗੀ ਆਰਾਮ ਨਾਲ ਦੇਊਗੀ ਠੀਕ ਆ ਬਾਈ ਤੇ ਕਿਸ ਨੇ ਘਰੋਂ ਚਵਾ ਕੇ ਲੈ ਕੇ ਨੂੰ ਲੈ ਜਾ ਨੂੰ ਹਾਂ ਹਾਂ ਵੀਰੇ ਕੋਈ ਨਹੀਂ ਆਕੀ ਅੱਜ ਮੰਡੀ ਤੇ ਪਾਈ ਆ ਠੀਕ ਆ ਵੀਰੇ ਘਰੋਂ ਵੀ ਲਿਆ ਸਕਦਾ ਤਸੱਲੀ ਕਰ ਲਿਆ ਸਕਦੇ ਆ ਹੁੰਦੇ ਪਸ਼ੂ ਤੇ ਪਸ਼ੂ ਕਿੰਨੇ ਲਿਆਂਦੇ ਬਾਈ ਦੋ ਪਸ਼ੂ ਲਿਆਂਦੇ ਆ ਵੀਰੇ ਇੱਕ ਆ ਗੱਬਣ ਝੋਟੀ ਆ ਵੀਰੇ ਅੱਛਾ ਇੱਕ ਇਧਰ ਝੋਟੀ ਖੜੀ ਹੈਗੀ ਹਾਂਜੀ ਠੀਕ ਆ ਠੀਕ ਆ ਤੇ ਘਰੇ ਪਸ਼ੂ ਕਿੰਨੇ ਹੁੰਦੇ ਆ ਬਾਈ ਰੂਟੀਨ ਚ ਪਸ਼ੂ ਹੁੰਦੇ ਆ ਬਾਈ ਆਪਣੇ ਕੋਲ 7-8 ਪਸ਼ੂ ਨਾਰਮਲ ਰਹਿੰਦੀ ਆ ਰਹਿੰਦੀ ਆ ਗਾਵਾਂ ਮੱਝਾਂ ਕਿ ਕੱਲਾ ਮੱਝਾਂ ਦਾ ਕੱਲਾ ਮੱਝਾਂ ਦਾ ਬਾਈ ਕੱਲਾ ਮੱਝਾਂ ਦਾ ਮੱਝਾਂ ਰੂਟੀਨ ਚ ਹੁੰਦੀਆਂ ਹਾਂ ਹਾਂ ਵੀਰੇ ਘਰੋਂ ਵੀ ਕੋਈ ਲਿਆ ਸਕਦਾ ਤਸੱਲੀ ਕਰ ਮਰਦੀ ਹਾਂਜੀ ਠੀਕ ਆ ਬਾਈ ਤੇ ਇਹਦਾ ਮੁੱਲ ਬਾਈ ਇਹਦਾ ਮੁੱਲ ਹੈਗਾ ਜੀ ਆਪਾਂ ਕੋਈ ਨਹੀਂ ਜਿਹੜਾ ਵੀ ਹੋਊਗਾ ਗਾਹਕ ਆਪਾਂ ਫੋਨ ਤੇ ਕਰ ਲਾਂਗੇ ਅੱਛਾ ਫੋਨ ਤੇ ਕਰ ਲਓਗੇ ਹਾਂਜੀ ਠੀਕ ਆ ਐਡਰੈਸ ਬੋਲ ਦੋ ਆਪਣਾ ਮੇਰਾ ਹੈਗਾ ਵੀਰੇ ਪਿੰਡ ਨੱਥੋਵਾਲਾ ਪਿੰਡ ਨੱਥੋਵਾਲਾ ਹਾਂ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਹਾਂ ਰੈਕੋਰਡ ਕੋਲੇ ਪਿੰਡ ਰੈਕੋਰਡ ਦੇ ਕੋਲੇ ਜੀ ਠੀਕ ਆ ਬਾਈ ਤੇ ਕੰਟੈਕਟ ਨੰਬਰ ਕੰਟੈਕਟ ਨੰਬਰ ਹੈਗਾ ਜੀ ਆਪਣਾ 95017 95 17 98 58 95 58 ਹਾਂਜੀ ਠੀਕ ਆ ਬਾਈ ਜੀ ਧੰਨਵਾਦ ਠੀਕ ਆ ਬਾਈ ਧੰਨਵਾਦ ਦੋਸਤੋ ਆ ਤੁਹਾਨੂੰ ਉੱਚੇ ਲੰਮੇ ਕੱਦ ਕਾਟ ਦੀ ਆਪਾਂ ਮੱਝ ਤੋੜ ਕੇ ਦਿਖਾਉਨੇ ਆਗੇ ਤੇ ਦੇਖ ਸਕਦੇ ਹੋ ਪਿੱਠਪੂੜਾ ਦੇਖ ਸਕਦੇ ਹੋ ਇਹਦਾ ਆਰਡਰ ਆਰਡਰ ਥਣਾ ਦਾ ਸਾਈਜ਼ ਦੇਖ ਸਕਦੇ ਹੋ ਤੁਸੀਂ ਬਹੁਤ ਚੰਗਾ ਹੈਗਾ ਤੇ ਫੇਸ ਕੁਆਲਿਟੀ ਵੀ ਤੁਸੀਂ ਦੇਖ ਸਕਦੇ ਹੋਗੇ ਤੇ ਬਾਈ ਤਾਂ ਆਪਾਂ ਡਿਟੇਲ ਲੈ ਕੇ ਦਿੰਨੇ ਆਗੇ ਕੁਆਲਿਟੀ ਚੰਗੀ ਹੈਗੀ ਤੇ ਪਾਸੇ ਤੋਂ ਦੇਖ ਸਕਦੇ ਹੋ ਤੁਸੀਂ ਆਰਡਰ ਕੁਆਲਿਟੀ ਇਹਦੀ ਤੇ ਬੋਡੀ ਬਾਂਤਰ ਵੀ ਬਹੁਤ ਚੰਗੀ ਕੱਦ ਕਾਟ ਵੀ ਚੰਗਾ ਹੈਗਾ ਬਾਕੀ ਆਪਾਂ ਡਿਟੇਲ ਲੈ ਕੇ ਦਿੰਨੇ ਆ ਬਾਈ ਤੋਂ ਕੀ ਡਿਟੇਲ ਹੈਗੀ ਇਹਦੀ ਮੱਝ ਚੰਗੀ ਹੈਗੀ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਬਾਈ ਜੀ ਜਿਹੜੀ ਮੱਝ ਤੋੜ ਕੇ ਦਿਖਾਈ ਆਪਾਂ ਇਹਦੀ ਕੀ ਡਿਟੇਲ ਆ ਕਿਹੜਾ ਸੂਆ ਇਹ ਵੀਰੇ ਡਿਟੇਲ ਹੈ ਮੱਝ ਦੀ ਇਹ ਮੱਝ ਪਿੰਡ ਮੈਸਰਖਾਨੇ ਤੋਂ ਬਠਿੰਡੇ ਜ਼ਿਲ੍ਹੇ ਚੋਂ ਜੀ ਬਠਿੰਡੇ ਜ਼ਿਲ੍ਹੇ ਚੋਂ ਪਿੰਡ ਮੈਸਰਖਾਨਾ ਹਾਂਜੀ ਠੀਕ ਹੈ ਜੀ ਇਹ ਮੱਝ ਆਪਣੇ ਕੋਲੇ ਦੋ ਸੂਏ ਘਰੇ ਸੂਈ ਆ ਤੀਜੇ ਹੁਣ ਸੁਣਾ 20 ਦਿਨ ਰਹਿੰਦੇ ਜੀ 15 ਤੋਂ 20 ਆਪਣੇ ਘਰ ਤੇ ਕੋਈ ਆ ਹਾਂਜੀ ਘਰੋਂ ਮੈਂ ਆ ਇਹ ਅੱਛਾ ਪਿਛਲੀ ਵਾਰ ਇਹ ਮੈਂ ਇਹਨੇ 18 ਲੀਟਰ 300 ਗ੍ਰਾਮ ਦੁੱਧ ਚ ਨਾਮ ਜਿੱਤਿਆ ਦੂਜੇ ਸੂਏ ਚ ਹਾਂਜੀ ਦੂਜੇ ਸੂਏ ਚ ਕਿਹੜੀ ਜਗ੍ਹਾ ਜੀ ਇਹਨੇ ਜੀ ਆਪਣੇ ਬਠਿੰਡੇ ਮੁਕਾਬਲੇ ਹੋਏ ਸੀ ਪਿੰਡੂ ਮੁਕਾਬਲੇ ਅੱਛਾ ਬਠਿੰਡੇ ਮੁਕਾਬਲੇ ਹੋਏ ਜੀ ਮਿਲਕਿੰਗ ਦੇ ਮਿਲਕਿੰਗ ਦੇ ਜੀ ਉਹਦੇ ਵਿੱਚੋਂ ਇਹਨੇ ਨਾਮ ਜਿੱਤਿਆ ਠੀਕ ਆ ਕਿਹੜੇ ਚਾਈ ਸੀਗੀ ਪੋਜੀਸ਼ਨ ਚ ਇਹ ਫਸਟ ਆਈ ਹੋਈ ਆ ਜੀ
ਅੱਛਾ ਫਸਟ ਆਈ ਹੋਈ ਆ 12300 ਫਸਟ ਆਈ ਆ 16000 ਰੁਪਏ ਨਾਮ ਜਿੱਤਿਆ ਹੋਇਆ ਜੀ ਨੇ ਠੀਕ ਆ ਠੀਕ ਆ 16000 ਸੀ ਉਹਨਾਂ ਦਾ ਠੀਕ ਆ ਫਿਰ ਤਾਂ ਮਤਲਬ ਪ੍ਰੋਪਰ ਰਿਕਾਰਡ ਹੈਗਾ ਇਹਦਾ ਸਰਟੀਫਿਕੇਟ ਵੀ ਹੈ ਬਈ ਹਾਂਜੀ ਸਰਟੀਫਿਕੇਟ ਹੈਗਾ ਫਿਲਹਾਲ ਘਰੇ ਪਿਆ ਅੱਛਾ ਪਰ ਹੈ ਦੇਸੀ ਫੁੱਲ ਦੀ ਅੱਛਾ ਠੀਕ ਆ ਪਿੰਡੋਂ ਆਮ ਉਹਦੀ ਆ ਸਾਂਢ ਦੀ ਅੱਛਾ ਵੀ ਉਹ ਪਤਾ ਕਿਹੜੇ ਸਾਂਢ ਦੀ ਆ ਜਾਣੀ ਵੀ ਨਹੀਂ ਦੇਸੀ ਰੱਖਿਆ ਹੋਇਆ ਸੀ ਪਿੰਡ ਚੋਂ ਤਾਂ ਲਵਾਈ ਸੀ ਘਰੋਂ ਮੈਂ ਦੀ ਮੈਂ ਆ ਜਿਵੇਂ ਆਪਣੇ ਘਰਾਂ ਚ ਪਿੰਡਾਂ ਚ ਛੱਡੇ ਹੁੰਦੇ ਸਾਂਢ ਪਿੰਡਾਂ ਜੀ ਛੱਡੇ ਹੋਏ ਦੇ ਉਹ ਸਾਂਢ ਦੀ ਆ ਹਾਂਜੀ ਹਾਂਜੀ ਜਿਵੇਂ ਹਰਿਆਣੇ ਚ ਹੁੰਦੇ ਆ ਪੰਚਾਇਤੀ ਬੁੱਲ ਇਸ ਤਰ੍ਹਾਂ ਗਏ ਹਾਂਜੀ ਮਾਝੇ ਦੀ ਡਿਟੇਲ ਇਹ ਆਪਾਂ ਇੱਕ 30 ਮੁੱਲ ਕਰਦੇ ਆ ਅੱਛਾ 1-5 ਆਪਾਂ ਨੂੰ ਕਾਫੀ ਵਾਰ ਲੱਗ ਗਿਆ 1-15 ਦੀ ਹਾਂ ਜਾਂ ਨਾ 1-15 ਦੀ ਹਾਂ ਨਾ ਹੀ ਆ ਹਾਂਜੀ ਲੱਗੀ ਕਿੰਨਾ ਜਾਂਦਾ ਲੱਗੀ 1-5-3 ਵਾਰੀ ਲੱਗ ਗਿਆ ਜੀ 1-5-3 ਵਾਰੀ ਲੱਗ ਗਿਆ ਝੋਟੀ ਵੀ ਦੇ ਸਾਰੇ ਪਾਸੇ ਚੰਗੀ ਆ ਕੋਈ ਕਮੀ ਨਹੀਂ ਠੀਕ ਆ ਗੱਲ ਲੈਵੇ ਦੀ ਸਾਫ ਨਹੀਂ ਝੋਟੀ ਤੇਰੀ ਚੰਗੀ ਆ ਬਾਕੀ ਤਿੰਨ ਬਸ 1-15 ਹਾਂ ਜਾਂ ਨਾ ਹੀ ਆ ਪੂਰੀ ਮੰਡੀ ਦਾ ਰਿਕਾਰਡ ਆ ਜੀ ਮੈਂ ਤਾਂ ਐਡੀ ਨਾ ਤਾਂ ਹੈਟ ਆ ਜੀ ਖਾਨ ਲੈਵੇ ਦੀ ਵੀ ਸਾਫ ਆ ਜੇ 20 ਦਿਨ ਬਾਕੀ ਆ ਠੀਕ ਆ ਬਾਈ ਤੇ ਆਪਣਾ ਵਪਾਰ ਦਾ ਕੰਮ ਤਾਂ ਨਹੀਂਗਾ ਨਹੀਂ ਵੀਰੇ ਵਪਾਰ ਨਹੀਂ ਘਰੂ ਪਸ਼ੂ ਤਿਆਰ ਕਰਦੇ ਆ ਪਾਣਾ ਠੀਕ ਆ ਘਰੇਲੂ ਹੀ ਆ ਹਾਂਜੀ ਠੀਕ ਆ ਕਿੰਨੇ ਦਾ ਰਹਿੰਦੇ ਇਹਦੇ ਇਹਦੇ 15-20 ਦਿਨਾਂ ਦੇ ਵਿੱਚ ਵਿੱਚ ਆ ਵੀਰ ਹਜੇ ਪਏ ਆ ਗਈ ਮੰਨ ਕੇ ਯਾਰ ਦੇਸੀ ਕਹਿੰਦੇ ਨੇ ਆਪਾਂ ਫੱਗਣ ਦੇ ਨੇੜੇ ਜਾ ਕੇ ਸੁਣਾ ਇਹਨੇ ਅੱਛਾ ਅੱਛਾ ਥੋੜੀ ਕੱਚੀ ਆ ਇਹਦਾ ਬਾਈ ਜਿਹੜਾ ਆਪਾਂ ਸੀਮਨ ਲਵਾਇਆ ਮਤਲਬ ਟੀਕਾ ਕੋਈ ਪਤਾ ਉਹਦਾ ਕਿਹੜਾ ਵੀਰੇ ਦੇਸੀ ਬੋਲੀ ਸੀ ਆਪਣੇ ਪਿੰਡਾਂ 'ਚ ਜਿਹੜੇ ਤੁਰੇ ਫਿਰਦੇ ਹੁੰਦੇ ਆ ਅੱਛਾ ਉਸੇ ਤੋਂ ਹੀ ਆ ਉਸੇ ਤੋਂ ਹੀ ਆ ਜਿਹੜਾ ਹੁਣ ਵਿੱਚ ਬੱਚਾ ਉਹ ਵੀ ਦੇਸੀ ਤੋਂ ਹੀ ਆ ਉਹ ਵੀ ਦੇਸੀ ਤੋਂ ਹੀ ਆ ਅੱਛਾ ਉਹ ਪਤਾ ਨਹੀਂ ਹੈਗਾ ਹਾਂਜੀ ਠੀਕ ਆ ਪਿੰਡ ਕਿਹੜਾ ਆਪਣਾ ਬਾਈ ਦੁਬਾਰੇ ਦੱਸ ਦੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਕੰਟੈਕਟ ਨੰਬਰ 90564111120 ਹੈ ਜੀ 90564111120 ਹਾਂਜੀ ਉਹ ਕਿਵੇਂ ਆ ਬਾਈ ਅੱਜ ਮਾਹੌਲ ਮੰਡੀ ਦਾ ਮਾਹੌਲ ਵਧੀਆ ਜੀ ਤੇਜ਼ੀ ਬਹੁਤ ਆ ਵਧੀਆ ਪਸ਼ੂ ਵਿਕ ਜਾਂਦੇ ਠੀਕ ਆ ਠੀਕ ਹਾਂਜੀ ਠੀਕ ਆ ਬਾਈ ਧੰਨਵਾਦ ਥੈਂਕ ਯੂ ਵੀ ਦੋਸਤੋ ਤੁਹਾਨੂੰ ਆਪਾਂ ਆ ਮੱਝ ਤੋਰ ਕੇ ਦਿਖਾਉਣੇ ਆ ਚੰਗੀ ਕੁਆਲਿਟੀ ਦੀ ਲੱਗਦੀ ਆ ਦੇਖਣ ਨੂੰ ਤੇ ਆਰਡਰ ਆਰਡਰ ਵੀ ਚੰਗਾ ਹੈਗਾ ਤੇ ਬਾਕੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਤੇ ਆਰਡਰ ਵੀ ਦੇਖ ਸਕਦੇ ਹੋਗੇ ਤੇ ਪੈਟ ਬੁੜਾ ਵੀ ਚੰਗਾ ਮੋੜ ਲਾ ਬਾਈ ਠੀਕ ਆ ਠੀਕ ਆ ਸਿੰਗਾਂ ਸੁੰਗਾਂ ਦੀ ਵੀ ਚੰਗੀ ਹੈਗੀ ਤੇ ਆਰਡਰ ਦੇਖ ਸਕਦੇ ਹੋਗੇ ਥਣ ਵੀ ਚੰਗੇ ਆ ਤੇ ਆਰਡਰ ਤੇ ਨਾੜਾਂ ਨੂੜਾਂ ਵੀ ਦੇਖ ਸਕਦੇ ਹੋ ਤੁਸੀਂ ਚੰਗੀਆਂ ਤੇ ਆਰਡਰ ਮੂਹਰ ਨੂੰ ਵੀ ਬਹੁਤ ਹੈਗਾ ਤੇ ਨਿਸ਼ਾਨੀਆਂ ਦੁੱਧ ਵਾਲੀਆਂ ਤੇ ਬਾਕੀ ਤੁਸੀਂ ਤਸੱਲੀ ਕਰਕੇ ਖਰੀਦ ਸਕਦੇ ਹੋ ਤੇ ਬਾਕੀ ਡਿਟੇਲ ਆਪਾਂ ਸਾਰੀ ਬਾਈ ਤੋਂ ਲੈਂਦੇ ਹਾਂ ਕੀ ਡਿਟੇਲ ਬੰਦੇ ਬਾਈ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਂਦੇ ਹਾਂ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਜਿਹੜੀ ਆ ਮੱਝ ਤੋਰ ਕੇ ਦਿਖਾਈ ਆ ਕੀ ਡਿਟੇਲ ਆ ਜੀ ਕਿਹੜਾ ਸੂਆ ਇਹ ਇਹ ਬਾਈ ਤੀਜੇ ਸੂਏ ਆ ਤੀਜੇ ਸੂਏ ਸੂਈ ਵੀ ਆ ਹਾਂ ਕਿੰਨੇ ਟਾਈਮ ਦੀ ਸੂਈ ਹੋਈ ਆ ਇਹਨੂੰ ਹੋ ਗਿਆ 2 ਮਹੀਨੇ 2 ਮਹੀਨੇ ਹੋ ਗਏ ਸੂਈ ਨੂੰ ਹੈ ਤੇ ਬੱਚਾ ਮਗਰ ਕੀ ਆ ਬੱਚਾ ਕੱਟੀ ਆ ਮਗਰ ਕੱਟੀ ਆ ਠੀਕ ਆ ਤੇ ਹੁਣ ਦੁੱਧ ਕਿੰਨਾ ਤਿਆਰ ਹੋ ਜਿਹੜਾ ਮਤਲਬ ਕੰਡੇ ਵਾਲਾ ਜਮਾ ਤੋਲਣ ਵਾਲਾ ਜਮਾ 11 ਲੀਟਰ ਤਿਆਰ ਆ 11 ਲੀਟਰ ਤਿਆਰ ਆ ਬਾਈ ਠੀਕ ਆ ਜੇ ਕੋਈ ਤੋਲ ਕੇ ਲਿਆਉਣਾ ਚਾਹੁੰਦਾ ਹੋਵੇ ਤਸੱਲੀ ਕਰਕੇ ਸੂਈ ਤੇ ਹੈ ਨਾ 12 ਅੱਛਾ ਇਹਨਾਂ ਨੂੰ ਘੱਟ 10 ਕੇ ਠੀਕ ਆ ਵੀ ਉਹਨਾਂ ਨਿਕਲੂਗਾ ਹਾਂ ਠੀਕ ਆ ਤੇ ਰੇਟ ਇਹਦਾ ਕੀ ਕਰਿਆ ਰੇਟ 80000 ਤੇ ਕਿੰਨੇ ਤਾਈ ਲਾਸਟ ਹਾਂ ਨਾ ਹੀ ਆ 75000 ਦੀ ਦੇ ਦੇ 75000 ਦੀ ਹਾਂ ਨਾ ਗੀ ਕਮੌਕੇ ਤੇ ਮਾੜਾ ਮੋਟਾ ਹੋ ਜੂ ਹੋਰ ਵੀ 75000 ਦੀ ਹਾਂ ਨਾ ਹੀ ਆ ਠੀਕ ਆ 80 ਕਰੀ ਜਿੰਨੀ ਕਰੀ ਠੀਕ ਆ ਬਾਈ ਠੀਕ ਆ ਤੇ ਆਪਣੇ ਕੋਲ ਹੁਣ ਇਹ ਪਸ਼ੂ ਅੱਜ ਇੱਕ ਹੀ ਲੈ ਕੇ ਆਏ ਤੁਸੀਂ ਹਾਂ ਇੱਕ ਹੀ ਲੈ ਕੇ ਆ ਘਰੇ 6 ਹੋ ਰਹੀਆਂ ਨੇ ਘਰੇ ਹੁੰਦੇ ਆ 6-7 ਠੀਕ ਆ ਠੀਕ ਤਾਜ਼ੀਆਂ ਵੀ ਹੈਗੀਆਂ ਤਾਜ਼ੀਆਂ ਵੀ ਹੁੰਦੀਆਂ ਕਿਸ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਬਾਈ ਪੂਰੀਆਂ ਪਟੋ ਚੰਗੀਆਂ ਤੋਂ ਚੰਗੀਆਂ ਹੈ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਕਰੇ ਜਿਹੇ ਜੀ ਮੈਂ ਭਾਲਦਾ ਯਾਰ 12 ਲੀਟਰ ਵਾਲੀ 13 ਲੀਟਰ ਵਾਲੀ 15 ਲੀਟਰ ਸਾਰੀਆਂ ਜਾਂ ਉਦੋਂ ਵੀ ਕੋਈ ਉੱਚੀ ਹਾਂ ਉੱਚੀ ਵੀ ਮਿਲ ਜੂਗੀ ਉਹ ਵੀ ਮਿਲ ਜੂਗੀ ਠੀਕ ਆ ਤੇ ਗਾਈਆਂ ਦਾ ਤਾਂ ਨਹੀਂ ਹੈਗਾ ਨਾਲ ਮੱਝਾਂ ਦੀਆਂ ਕੱਲੀਆਂ ਮੱਝਾਂ ਦਾ ਕਰ ਦਿਓ ਠੀਕ ਆ ਬਾਈ ਤੇ ਏਰੀਆ ਦੱਸ ਦਿਓ ਆਪਣਾ ਪਿੰਡ ਕਿਹੜਾ ਹੈਗਾ ਏਰੀਆ ਬਾਈ ਪਿੰਡ ਕਾਲੇ ਕੇ ਆਪਣਾ ਪਿੰਡ ਕਾਲੇ ਕੇ ਹਾਂ ਜ਼ਿਲ੍ਹਾ ਮੋਗਾ ਨਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਠੀਕ ਆ ਕੰਟੈਕਟ ਨੰਬਰ ਹੈਗਾ 77197 ਇੱਕ ਵਾਰੀ ਹੋਰ ਬੋਲ ਦੇ 77197 ਠੀਕ ਆ ਬਾਈ ਧੰਨਵਾਦ ਓਕੇ ਲਓ ਵੀ ਦੋਸਤੋ ਤੁਹਾਨੂੰ ਆਪਾਂ ਗਾਂ ਤੋਰ ਕੇ ਦਿਖਾਉਂਦੇ ਆਗੇ ਤੇ ਚੈੱਕ ਕਰ ਸਕਦੇ ਹੋ ਥੋੜੀ ਕ੍ਰੋਸ ਬਰੀਡ ਚ ਲੱਗਦੀ ਆ ਬਾਕੀ ਬਾਈ ਤੋਂ ਡਿਟੇਲ ਲਵਾਂਗੇ ਤੇ ਆਰਡਰ ਆਰਡਰ ਜਿੰਨਾ ਹੈਗਾ ਦੇਖ ਸਕਦੇ ਹੋ ਤੁਸੀਂ ਤੇ ਮੋੜ ਲਾ ਬਾਈ ਤੇ ਫੇਸ ਕੁਆਲਿਟੀ ਦੇਖ ਸਕਦੇ ਹੋ ਤੇ ਆਰਡਰ ਦੇਖ ਸਕਦੇ ਹੋ ਤੁਸੀਂ ਪਾਸੇ ਤੋਂ ਬਾਕੀ ਸਾਰੀ ਡਿਟੇਲ ਆਪਾਂ ਬਾਈ ਤੋਂ ਲੈਂਦੇ ਹਾਂਗੇ ਵੀ ਕੀ ਡਿਟੇਲ ਆ ਇਹਦੀ ਕਰਦੇ ਹਾਂ ਬਾਈ ਨਾਲ ਸਾਰੀ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਬਾਈ ਜਿਹੜੀ ਆ ਗਾਂ ਤੋਰ ਕੇ ਦਿਖਾਈ ਆ ਕੀ ਡਿਟੇਲ ਆ ਕਿਹੜਾ ਸੂਆ ਇਹ ਪਹਿਲਾ ਸੂਆ 4 ਦੰਦ ਚਾਰ ਦੰਦ ਦਾ ਠੀਕ ਆ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਣ ਵਾਲੀ ਆ ਵੀਰੇ ਕੱਬਣਾ ਅਜੇ ਠੀਕ ਆ ਕਿੰਨੇ ਦਿਨ ਲੈਂਦੀ ਆ ਲੈਂਦੀ ਆ 5-4 ਦਿਨ ਵੀਰੇ 5-4 ਦਿਨ ਲਊਗੀ ਠੀਕ ਆ ਕੀ ਰਿਕਾਰਡ ਆ ਦੁੱਧ ਦਾ ਦੁੱਧ ਵੀਰੇ ਦੇਊਗੀ 1500 ਲੀਟਰ 1500 ਲੀਟਰ ਦੇ ਦੂਗੀ ਆਰਾਮ ਨਾਲ ਦੇ ਦੂ ਪੂਰਾ ਗਾਰੰਟੀ ਨਾਲ ਗਾਰੰਟੀ ਨਾਲ ਪੱਲਾ ਜਿਹੜਾ ਪਾਉਣ ਵਾਲਾ ਹੋ ਬੰਦਾ ਦੰਦੋ ਕਿਵੇਂ ਬਈ ਚੌਕੀ ਦੰਦੋ ਚੌਕੀ ਆ ਠੀਕ ਆ ਇੱਕ ਹੀ ਲੈ ਕੇ ਆਏ ਹੋ ਨਹੀਂ ਦੋ ਇੱਕ ਝੋਟੀ ਆ
ਠੀਕ ਆ ਠੀਕ ਆ ਇਹਦਾ ਹੁਣ ਕੀ ਮੁੱਲ ਕਰਿਆ ਇਹਦਾ ਮੁੱਲ ਕੀਤਾ 65,000 ਤੇ ਕਿੰਨੇ ਦੀ ਛੱਡਣੀ ਆ ਲਾਸਟ ਆਪਾਂ 60,000 ਦੀ ਮੌਕੇ ਤੇ ਮਾਨਦਾਨ ਹੋ ਜੂ ਮੌਕੇ ਤੇ ਹੋ ਜੂਗਾ ਠੀਕ ਆ ਠੀਕ ਆ ਏਰੀਆ ਕਿਹੜਾ ਆਪਣਾ ਪਿੰਡ ਕਿਹੜਾ ਪਿੰਡ ਸੁਧਾਰ ਜ਼ਿਲ੍ਹਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਕੰਮ ਵਪਾਰ ਦਾ ਹੈ ਕੰਮ ਵਪਾਰ ਸਾਰੀਆਂ ਮੰਡੀਆਂ ਦੀ ਪਹੁੰਚਦੇ ਹੋ ਹਰੇਕ ਮੰਡੀ ਦੇ ਠੀਕ ਆ ਠੀਕ ਆ ਅੱਜ ਕੀ ਮਾਹੌਲ ਹੈ ਇੱਥੇ ਮੰਡੀ ਦਾ ਮੰਡੀ ਦਾ ਮਾਹੌਲ ਵਧੀਆ ਵੀਰੇ ਵਧੀਆ ਗਾ ਵਧੀਆ ਪੂਰਾ ਵਧੀਆ ਹੈ ਪੂਰਾ ਵਧੀਆ ਠੀਕ ਆ ਤੇ ਆਪਣਾ ਵਪਾਰ ਦਾ ਕੰਮ ਹੀ ਹੈ ਵਪਾਰ ਦਾ ਕੰਮ ਵੀਰੇ ਠੀਕ ਆ ਮੱਝਾਂ ਗਾਵਾਂ ਦੋਨੇ ਕੀ ਕਰਦੇ ਹਾਂ ਦੋਨੇ ਠੀਕ ਹੈ ਮੱਝਾਂ ਗਾਵਾਂ ਦੋਵਾਂ ਦੇ ਹੈ ਤੇ ਘਰੇ ਪਸ਼ੂ ਕਿਵੇਂ ਆਪਣੇ ਘਰੇ ਪਸ਼ੂ ਹੁੰਦੇ ਆ 6-7 ਪਸ਼ੂ ਵੀ ਗਾਵਾਂ ਵੀ ਮੱਝਾਂ ਵੀ ਮੱਝਾਂ ਵੀ ਹੁੰਦੀਆਂ ਆ ਰੂਟੀਨ ਚ ਪੱਕੀਆਂ 12 ਮਹੀਨੇ 30 ਦਿਨ ਕਿਸ ਤਰ੍ਹਾਂ ਦੇ ਹੁੰਦੇ ਜਾਨਵਰ ਵਧੀਆ ਵੀਰੇ ਸੂਈਆਂ ਸਵਾਈਆਂ ਸਾਰੇ ਤਰ੍ਹਾਂ ਦੇ ਮਿਲ ਜਾਣਗੇ ਹਾਂ ਜਿਹੇ ਜੀ ਵੀ ਕੋਈ ਡਿਮਾਂਡ ਜਿਹੇ ਜੀ ਮਰਜ਼ੀ ਠੀਕ ਆ ਤੇ ਘਰੋਂ ਵੀ ਤਸੱਲੀ ਕਰਕੇ ਲਿਆ ਸਕਦਾ ਮੈਂ ਕਹ ਚੋ ਸਕਦੇ ਵੀਰੇ ਗਾਰੰਟੀ ਤੇ ਠੀਕ ਆ ਤੇ ਆਪਣਾ ਕੰਟੈਕਟ ਨੰਬਰ ਦੱਸ ਦੀ ਬਾਈ 98-58-85-81 ਇੱਕ ਵਾਰੀ ਹੋਰ ਬੋਲ 98-58 ਠੀਕ ਆ 85-81 ਠੀਕ ਆ ਤੇ ਇੱਕ ਬਾਈ ਦੇ ਕੋਲ ਝੋਟੀ ਆ ਉਹ ਵੀ ਤੁਹਾਨੂੰ ਤੋਰ ਕੇ ਦਿਖਾਉਣੇ ਆ ਤੇ ਡਿਟੇਲ ਲੈ ਕੇ ਦਿੰਨੇ ਆ ਉਹਦੀ ਵੀ ਕੀ ਡਿਟੇਲ ਆ ਗਈ ਆ ਸਾਹਮਣੇ ਦੇਖ ਸਕਦੇ ਸਿੰਘਾਂ ਸੁੰਘਾਂ ਦੀ ਚੰਗੀ ਆ ਪੂਰੀ ਦੇਖ ਸਕਦੇ ਹੋ ਬੈਕ ਸਾਈਡ ਤੋਂ ਵੀ ਕੱਦ ਕਾਠ ਵੀ ਮਤਲਬ ਠੀਕ ਕਹਿ ਸਕਦੇ ਆ ਆਪਾਂ ਪਿੱਠ ਪੁੜੇ ਦੀ ਵੀ ਚੰਗੀ ਆ ਮਤਲਬ ਸੁਨੱਖੀ ਆ ਸਿੰਘਾਂ ਸੁੰਘਾਂ ਦੀ ਵੀ ਕੁੰਡੀ ਹੈਗੀ ਤੇ ਪਹਿਲਾਂ ਆ ਗਈ ਤੇ ਬਾਕੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਬਾਈ ਤੋਂ ਸਿੰਘਾਂ ਸੁੰਘਾਂ ਦੀ ਦੇਖ ਸਕਦੇ ਹੋ ਤੇ ਥਣ ਥੁਣ ਦੇਖ ਸਕਦੇ ਬਹੁਤ ਚੰਗਾ ਗਾ ਵਿੱਚੀ ਵਿੱਚੀ ਵੀ ਚੰਗੀ ਹੈਗੀ ਥਣਾਂ ਦਾ ਸਾਈਜ਼ ਸੂਜ਼ ਵੀ ਬਹੁਤ ਚੰਗਾ ਗਾ ਤੇ ਬਾਕੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਬਾਈ ਤੋਂ ਕੀ ਡਿਟੇਲ ਆ ਉਹ ਸਾਹਮਣੇ ਬੱਚਾ ਦੇਖ ਸਕਦੇ ਹੋ ਸੂਈ ਵੀ ਹੈਗੀ ਤੇ ਬਾਕੀ ਆਪਾਂ ਗੱਲਬਾਤ ਕਰਾਉਂਦੇ ਹਾਂ ਬਾਈ ਦੇ ਨਾਲ ਕੀ ਡਿਟੇਲ ਹੈਗੀ ਪੁੱਛਦੇ ਹਾਂ ਬਾਈ ਤੋਂ ਮਗਰ ਕੱਟਾ ਗਾ ਤੇ ਦੁੱਧ ਇਹਦਾ ਹੁਣ ਕਿੰਨਾ ਹੋਊਗਾ 10 ਕਿਲੋ ਤੋਂ ਬਾਹਰ ਆ ਬੱਚੇ ਨੂੰ ਛੱਡ ਕੇ 10 ਕਿਲੋ ਤੋਂ ਬਾਹਰ ਆ ਠੀਕ ਆ ਤੇ ਫਿਰ ਹੋਰ ਤਾਂ ਨੀ ਕਰਦੀ ਦੁੱਧ ਤੇ ਕਰ ਸਕਦੀ ਹੈ ਕਰ ਵੀ ਸਕਦੇ ਵੀਰੇ ਸੇਵਾ ਤੇ ਕਰ ਵੀ ਸਕਦੀ ਹੈ ਨਾ ਠੀਕ ਆ ਤੇ ਇਹਦਾ ਹੁਣ ਕੀ ਮੁੱਲ ਆ ਇਹਦਾ ਮੁੱਲ 90,000 ਵੀਰੇ ਤੇ ਇਹ ਲਾਸਟ ਕਿੰਨੇ ਦੀ ਛੱਡਣੀ ਆ 85,000 ਦੀ ਮੌਕੇ ਤੇ ਹੋ ਜੂਗਾ ਇਹਦਾ ਵੀ ਹਨਾ ਠੀਕ ਆ ਬਾਈ ਦੋਈ ਲੈ ਕੇ ਆਏ ਸੀ ਨਾ ਦੋਈ ਲੈ ਕੇ ਆਏ ਸੀ ਠੀਕ ਆ ਤੇ ਕੰਟੈਕਟ ਨੰਬਰ ਇੱਕ ਵਾਰੀ ਹੋਰ ਬੋਲ ਦੇ 98-58-85-81 ਠੀਕ ਆ ਜੀ ਧੰਨਵਾਦ ਵੀ ਦੋਸਤੋ ਸਾਨੂੰ ਆ ਨੀਲੀ ਰਾਵੀ ਦੀ ਮੱਝ ਤੋਰ ਕੇ ਦਿਖਾਉਂਦੇ ਆ ਆਰਡਰ ਉਡਰ ਚੈੱਕ ਕਰ ਲਓ ਇਹਦਾ ਮੋੜ ਲਾ ਬਾਈ ਮੱਝ ਤੋਰ ਕੇ ਦਿਖਾਈ ਆ ਕਿਹੜਾ ਸੂਆ ਜੀ ਇਹ ਦੂਜੇ ਸੂਏ ਜੀ ਕਿੰਨੇ ਕੁ ਦਿਨ ਹੋ ਗਏ ਸੂਈ ਨੂੰ ਇਹਨੂੰ ਹੋ ਗਏ 15 ਕੁ ਦਿਨ ਹਜੇ ਤਾਂ ਕੜਫੁੜ ਚੱਲਣ ਲੱਗਿਆ ਕੜ ਹਜੇ ਚੱਲਣਾ ਹਨਾ ਹਾਂ ਚੱਲ ਪਿਆ ਰਾਤ ਚੱਲਿਆ ਰਾਤ ਚੱਲਿਆ ਤੇ ਦੁੱਧ ਕਿੰਨਾ ਕੁ ਤਿਆਰ ਆ ਜੀ ਬੱਚਾ ਮਗਰ ਕੱਟੀ ਹੈ ਜੀ ਲੀਲੀ ਰਾਵੀ ਦੀ ਠੀਕ ਹੈ ਜੀ ਆਹ ਕੱਟੀ ਹੈ ਦੋਸਤੋ ਦੇਖ ਸਕਦੇ ਨੀਲੀ ਰਾਵੀ ਦੀ ਤੇ ਕੱਟੀ ਕਿਹੜੇ ਬੋਲਦੀ ਇਹ ਤਾਂ ਨੀ ਪਤਾ ਹੁਣ ਇਹ ਤੁਹਾਡੇ ਤੋਂ ਕੋਲ ਅੱਗੇ ਦਵਾਈ ਹੋਊ ਹਨਾ ਵਪਾਰ ਦਾ ਠੀਕ ਆ ਮੁੱਲ ਕੀ ਕਰਿਆ ਜੀ ਇਹਦਾ 1,20,000 ਜੀ ਤੇ ਛੱਡਣੀ ਕਿੰਨੇ ਦੀ ਆ ਲੱਖ ਦੀ ਦੇ ਦਾਂਗੇ ਜੀ ਲੱਖ ਦੇ ਰਿਗੇਟ ਛੱਡ ਦੋਗੇ ਠੀਕ ਆ ਜੀ ਤੇ ਆਪਣਾ ਵਪਾਰ ਦਾ ਕੰਮ ਹੀ ਆ ਜੀ ਮੈਂ ਸਾਡਾ ਦੁੱਧ ਦਾ ਜੀ ਜੇ ਕੋਈ ਵੱਧ ਘੱਟ ਹੋ ਜਾਂਦੇ ਕੋਈ ਸੂ ਸਾ ਪਾਉਂਦੀ ਆ ਅੱਛਾ ਫਿਰ ਅਸੀਂ ਕੋਈ ਇੱਕ ਅੱਧੀ ਕੱਢ ਵੀ ਦਿੰਦੇ ਹੁਣ ਸਾਡੇ ਕੋਲ ਇੱਕ ਝੋਟੀ ਹੋਰ ਨਿਕਲ ਸੂਣ ਵਾਲੀ ਆ ਠੀਕ ਆ ਜੀ ਚੱਲ ਜੀ ਕੱਢ ਦਾਂਗੇ ਜੇ ਬਾਈ ਕਰੋਬੀ ਚਵਾ ਕੇ ਲੈ ਕੇ ਜਾਣਾ ਚਾਹੁੰਦਾ ਹੋਵੇ ਕੱਟੀ ਨੂੰ ਚੰਗਾ ਕੇ ਕੱਟੀ ਤੋਂ ਬਿਨਾ ਜਾਣੀ ਇੰਨਾ ਹੈਗਾ ਠੀਕ ਹੈ ਜੀ ਆਪਣਾ ਐਡਰੈਸ ਦੱਸ ਦਿਓ ਜੀ ਕਿਹੜਾ ਪਿੰਡ ਹੈਗਾ ਫਰਾਣਾ ਪਿੰਡ ਹੈ ਜੀ ਜ਼ਿਲ੍ਹਾ ਜੀ ਸੰਗਰੂਰ ਜ਼ਿਲ੍ਹਾ ਸੰਗਰੂਰ ਕੰਟੈਕਟ ਨੰਬਰ ਜੀ 98-880-34-248 ਠੀਕ ਹੈ ਜੀ।
लो भी दोस्तो जिन्हू आ मज पसंद आउंदी हैगी झोटी ते तुसी कंटैक्ट कर सकते हो बाई दे नाल जिन्हू भी पसंद आउंदी आ तोर के तुहानू दिखा दी आ इह ते दुबारे किरां फेर तुहानू दिखा दिंदे आगे ते कंटैक्ट कर सकते हो बाई दे नाल डिटेल तुहानू सारी लैके देती हैगी ते कार्ड इहदा बाई ने दस्सिया जी भी शुरू हो गया देख सकदे होंगे कंटैक्ट बाई दे नाल कर सकदे हो धन्नवाद।